ਹੈਲੋ ਐਵਰੀਵਨ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਪੈਰੀ ਸਟੱਡੀ ਔਨਲਾਈਨ 'ਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਸੈਸ਼ਨ 2023-25 ਵਾਲਿਆਂ ਲਈ ਇੱਕ ਖਾਸ ਔਫਰ ਲੈ ਕੇ ਆਏ ਹਾਂ ਆਪਾਂ। ਜਿਵੇਂ ਤੁਹਾਨੂੰ ਪਤਾ ਅੱਜ ਕੱਲ੍ਹ ਹਰੇਕ ਚੀਜ਼ ਕਿਸ਼ਤਾਂ ਉੱਪਰ ਮਿਲ ਜਾਂਦੀ ਹੈ, ਉਸੇ ਤਰੀਕੇ ਨਾਲ ਆਪਣੇ ਬੈਚ ਨੂੰ ਵੀ ਆਪਾਂ ਇੰਸਟਾਲਮੈਂਟ ਦੇ ਵਿੱਚ ਡਿਵਾਈਡ ਕੀਤਾ। 1000 ਰੁਪਏ ਦਾ ਜੋ ਆਪਣੇ ਕੋਲ ਬੈਚ ਹੈ, ਇਹਨੂੰ ਕਿ 4 ਕਿਸ਼ਤਾਂ ਦੇ ਵਿੱਚ ਆਪਾਂ ਡਿਵਾਈਡ ਕੀਤਾ, ਜਿਹੜੀ ਕੀ ਹੈ ਪਰ ਮੰਥ ਦੀ ਕਿਸ਼ਤ ਹੈ 250 ਰੁਪੀਜ਼। ਓਕੇ, 250 ਰੁਪੀਜ਼ ਤੁਸੀਂ ਪਰ ਮੰਥ ਪੇ ਕਰਨੇ ਆ, ਮਤਲਬ 4 ਮੰਥ ਪੇ ਕਰਨੇ ਆ, ਉਸ ਤੋਂ ਬਾਅਦ ਤੁਹਾਨੂੰ ਕਿ ਫੁੱਲ ਬੈਚ ਮਿਲ ਜਾਏਗਾ। ਓਕੇ, ਵੈਸੇ ਤੁਸੀਂ ਜੇਕਰ 1 ਮਹੀਨੇ ਦੀ ਫੀਸ ਪੇ ਕਰਦੇ ਹੋ ਤਾਂ ਤੁਹਾਨੂੰ ਵੈਸੇ ਫੁੱਲ ਬੈਚ ਮਿਲ ਜਾਏਗਾ, ਬਟ 1 ਮੰਥ ਬਾਅਦ ਉਹ ਕੀ ਹੈ ਬੰਦ ਹੋ ਜਾਏਗਾ। ਠੀਕ ਹੈ, ਸੋ 1 ਮੰਥ ਬਾਅਦ ਤੁਹਾਨੂੰ ਕਿ ਦੁਬਾਰਾ ਰੀਚਾਰਜ ਕਰਨਾ ਪਏਗਾ। ਹੁਣ ਕਈ ਸਟੂਡੈਂਟ ਕੀ ਹੈ ਦੇਖਦੇ ਆ ਵੀ ਕੰਟੈਂਟ ਕਿਹੋ ਜਿਹਾ ਹੋਏਗਾ, ਵੀ ਆਪਾਂ 1000 ਰੁਪਏ ਲਗਾ ਵੀ ਲਈਏ, ਕੰਟੈਂਟ ਨਾ ਵਧੀਆ ਹੋਵੇ, ਤਾਂ ਉਹਨਾਂ ਲਈ ਮੌਕਾ ਹੈ, ਉਹ 250 ਰੁਪਏ ਲਗਾ ਕੇ ਪਹਿਲਾਂ ਚੈੱਕ ਕਰ ਸਕਦੇ ਹੋ ਸਾਡਾ ਕੰਟੈਂਟ ਕਿਵੇਂ ਦਾ, ਕੀ ਤੁਹਾਨੂੰ ਸੁਵਿਧਾਵਾਂ ਮਿਲਦੀਆਂ। ਫਿਰ ਉਸ ਤੋਂ ਬਾਅਦ ਤੁਸੀਂ ਜੇ ਚੰਗਾ ਲੱਗੇ ਤਾਂ ਅਗਲੇ ਮੰਥ ਤੁਸੀਂ ਫਿਰ ਕੀ ਹੈ ਬਾਏ ਕਰ ਸਕਦੇ ਹੋ। ਤਾਂ ਇਹ ਕੀ ਹੈ ਜੋ ਔਫਰ ਹੈ, ਸਿਰਫ ਅੱਜ ਸ਼ਨੀਵਾਰ ਅਤੇ ਕੱਲ੍ਹ ਨੂੰ ਐਤਵਾਰ ਤੱਕ ਇਹ ਔਫਰ ਰਹੇਗਾ। ਸੋ ਜਿਹੜੇ ਵੀ ਸਟੂਡੈਂਟ 2023-25 ਵਾਲੇ ਬੈਚ ਬਾਏ ਕਰਨਾ ਚਾਹੁੰਦੇ ਆ, ਉਹ ਕੀ ਮੇਰੇ ਇਸ ਦਿੱਤੇ ਹੋਏ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਆ। ਓਕੇ, ਜਾਂ ਤੁਸੀਂ ਐਪ ਦੇ ਵਿੱਚੋਂ ਜਾ ਕੇ ETT+PSTET ਵਾਲਾ ਬੈਚ ਤੁਸੀਂ ਬਾਏ ਕਰ ਸਕਦੇ ਹੋ। ਓਕੇ, ਸੋ ਇਸ ਤਰੀਕੇ ਨਾਲ ਤੁਸੀਂ ਇੰਸਟਾਲਮੈਂਟ ਦੇ ਉੱਪਰ ਜਾਂ ਕਿਸ਼ਤਾਂ ਦੇ ਉੱਪਰ ਤੁਸੀਂ ਕਿ ਬੈਚ ਨੂੰ ਬਾਏ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਫਸਟ ਈਅਰ ਦੇ ਕਲਾਸਾਂ ਮਿਲਣਗੀਆਂ 8 ਸਬਜੈਕਟਾਂ ਦੀਆਂ, ਸੈਕਿੰਡ ਈਅਰ ਦੇ 7 ਸਬਜੈਕਟਾਂ ਦੀਆਂ ਕਲਾਸਾਂ ਮਿਲਣਗੀਆਂ, ਉਸ ਤੋਂ ਬਿਨਾਂ ਤੁਹਾਨੂੰ PSTET ਦੇ 4 ਸਬਜੈਕਟ ਮਿਲਣਗੇ, ਉਸ ਤੋਂ ਬਿਨਾਂ ਤੁਹਾਡੇ ਕੋਲ ਕੀ ਹੈ ਮੈਥ ਦੀ ਕਲਾਸ ਡੇਲੀ ਲੱਗਦੀ ਹੈ, ਬਾਕੀ ਸਾਰਾ ਕੁਝ ਰਿਕਾਰਡਡ ਹੋਏਗਾ, ਪਰ ਮੈਥ ਦੀ ਕਲਾਸ ਤੁਹਾਨੂੰ ਕੀ ਹੈ ਲਾਈਵ ਮਿਲੇਗੀ ਹਰ ਰੋਜ਼। ਉਸ ਤੋਂ ਬਿਨਾਂ ਤੁਹਾਨੂੰ ਨੋਟਸ ਮਿਲਣਗੇ, PDF ਮਿਲਣਗੀਆਂ। ਜਦੋਂ ਤੁਸੀਂ TP ਦੇ ਉੱਪਰ ਜਾਓਗੇ, ਟ੍ਰੇਨਿੰਗ ਟੀਚਿੰਗ ਪ੍ਰੈਕਟਿਸ ਦੇ ਉੱਪਰ, ਉਹਦੇ ਵਾਸਤੇ ਜਿਹੜੀਆਂ ਫਾਈਲਾਂ ਚਾਹੀਦੀਆਂ ਹੁੰਦੀਆਂ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਵਾਈਆਂ ਜਾਣਗੀਆਂ, ਅਤੇ ਬੁੱਕਸ ਦੀਆਂ PDF ਵੀ ਤੁਹਾਨੂੰ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਓਕੇ, ਸੋ ਇੰਨਾ ਸਾਰਾ ਕੁਝ ਤੁਹਾਨੂੰ ਕੀ ਹੈ ਮਿਲ ਰਿਹਾ। ਵੈਸੇ ਫੀਸ ਆਪਣੀ 1000 ਰੁਪਇਆ, ਬਟ ਜੇਕਰ ਤੁਸੀਂ ਇੰਸਟਾਲਮੈਂਟ ਦੇ ਵਿੱਚ ਪੇ ਕਰਨਾ ਚਾਹੁੰਦੇ ਹੋ ਤਾਂ 4 ਇੰਸਟਾਲਮੈਂਟ ਵਿੱਚ ਤੁਸੀਂ ਪੇ ਕਰ ਸਕਦੇ ਹੋ। ਜੇਕਰ ਕਿਸੇ ਨੇ ਬੈਚ ਬਾਏ ਕਰਨਾ ਹੋਵੇ ਤਾਂ ਔਫਰ ਅੱਜ ਸ਼ਨੀਵਾਰ ਅਤੇ ਕੱਲ੍ਹ ਨੂੰ ਐਤਵਾਰ ਸਿਰਫ ਇਹ 2 ਦਿਨਾਂ ਵਾਸਤੇ ਆ, ਉਸ ਤੋਂ ਬਾਅਦ ਆਪਣੀ ਵਾਪਸ ਕੀ ਆ ਨੋਰਮਲ 1000 ਰੁਪਇਆ ਫੀਸ ਹੋਵੇਗੀ। ਥੈਂਕ ਯੂ ਵੈਰੀ ਮਚ।